हाँ जी, की हाल चाल है बई? तो हम आप चले सके पेंड नंगल जिले मोगे के बच्चे, तो बई गगन को एच डी स्टूडियो वाले को। सारे जानते हो कि बई ने पिछला ड्रा कढ़िया सी जिदे पहला नाम से फोर ट्रैक्टर, कुल 11 नाम से। तो बई ने ऐतकी रखिया दूजा ड्रा। अगे थोनू मिलाने बई दे नाल, जुड़े रहो नाल। की नाम ने ये बारे दिखाने थोनू अगे जानकारी। ये वीडियो शूट कर लगे आप गोप्रो तो। उम्मीद करते सारे ठीक हो गए। गगन एच डी स्टूडियो के नाम से बई का स्टूडियो आ। बई ने चलाया लकी ड्रा जिदे रखे हुए बई ने नाम। अगे थोनू जानकारी दवाने की नाम रखे बई ने, ठीक है जी। ਕਿਹੜੀ ਤਰੀਕ ਨੂੰ ਨਿਕਲਣਾ, ਕੀ ਸਕੀਮ ਆ, ਕਿੰਨੇ ਕੂਪਨਾਂ ਦੇ ਨਾਲ, ਕਿੰਨੇ ਕੂਪਨ ਫ੍ਰੀ ਦੀ ਆਫਰ ਚੱਲੀ ਜਾਂਦੀ ਹੈ? ਹਾਂਜੀ ਬਈ, ਤੇ ਆਪਾਂ ਆ ਗਏ ਸਟੂਡੀਓ ਦੇ ਅੰਦਰ। ਇਹ ਬਈ ਗਗਨ, ਹੋਰ ਬਈ ਕੀ ਹਾਲ ਚਾਲ? ਠੀਕ ਠਾਕ ਵਧੀਆ ਜੀ। ਤੇ ਬਈ ਹੁਣਾਂ ਨੇ ਵੀ ਦੂਜਾ ਡਰਾ ਰੱਖਿਆ ਐਤਕੀ, ਤੇ ਕੀ ਕੀ ਨਾਮ ਆ, ਕੀ ਕੀ ਇਹਦੇ ਵਿੱਚ ਵੇਰਵੇ ਆ, ਕਿੰਨੀ ਤਰੀਕ ਨੂੰ ਨਿਕਲਣਾ, ਕੀ ਰੇਟ ਆ? ਆ ਜਾਓ ਬਈ, ਹੁਣਾਂ ਮਿਲਾਉਣੇ ਆਪਾਂ ਤੇ ਅੱਗੇ ਦੀ ਗੱਲਬਾਤ ਬਈ ਤੋਂ ਕਰਾਉਣੀ ਆ। ਹਾਂਜੀ ਬਈ, ਗਗਨ ਦੱਸਿਓ ਬਈ। ਬਈ ਆਪਣਾ ਦੂਸਰਾ ਲੱਕੀ ਡਰਾ ਜੀ ਇਹ। ਠੀਕ ਆ ਬਈ, ਇਹਦੇ ਵਿੱਚ ਆਪਾਂ 10 ਲੱਖੇ ਠੀਕ ਉਪਨ ਰੱਖੇ। ਠੀਕ ਆ, 10 ਠੀਕ ਆ, 10 ਨਾਮ ਇਹਦੇ ਵਿੱਚ। ਹਾਂਜੀ ਹਾਂਜੀ, ਠੀਕ ਆ ਬਈ। ਪਹਿਲਾ ਨਾਮ ਆ ਜਿਹੜਾ ਪੁੱਠੇ ਗੇਰਾਂ ਵਾਲਾ ਬੋਲਟ ਆ ਵੀਰੇ। ਠੀਕ ਆ, ਆ ਬਈ ਦਿਖਾ ਦੇ ਮੜ ਜਾ। ਹਾਂ, ਆ ਵਿੱਚ ਰਹਿਣਾ। ਪਹਿਲਾ ਨਾਮ ਪੁੱਠੇ ਗੇਰਾਂ ਵਾਲਾ ਬੋਲਟ ਆ। ਹਾਂਜੀ ਠੀਕ ਆ ਬਈ। ਦੂਸਰਾ ਨਾਮ ਚਾਰਜ ਵਾਲੀ ਸਕੂਟਰੀ ਆ। ਠੀਕ ਆ ਜੀ। ਤੀਜਾ ਨਾਮ ਫ੍ਰਿਜ ਆ। ਠੀਕ ਆ ਜੀ। ਯਾਰ ਐਲਈਡੀ ਆ, ਇੱਕ ਗੀਜ਼ਰ ਆ। ਗੀਜ਼ਰ ਆ ਜੀ। 5 ਰੇਂਜਰ ਸਾਈਕਲ ਆ ਵੀਰੇ। 5 ਰੇਂਜਰ ਸਾਈਕਲ, 5 ਕਰਤੇ। ਹਾਂਜੀ ਆ, ਠੀਕ ਆ ਜੀ। ਠੀਕ ਆ, ਲਓ ਬਈ, ਬਾਈ ਨੇ ਆਫਰ ਰੱਖਿਆ। ਜਿਹੜਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੂਗਾ ਉਹਨਾਂ ਦੇ ਵਿੱਚ ਚੜ ਕੇ ਬਾਈ ਉਹਨਾਂ ਨੇ 에어ਪੋਰਟ ਦੇਣੇ ਆ। ਵੱਧ ਤੋਂ ਵੱਧ ਸੋ ਤੁਸੀਂ ਇਹ ਵੀਡੀਓ ਸ਼ੇਅਰ ਕਰ ਦਿਓ, ਉਹਦਾ ਸਕਰੀਨਸ਼ਾਟ ਤੁਸੀਂ ਆਪਦੇ ਕੋਲੇ ਸੰਭਾਲ ਕੇ ਰੱਖਿਓ, ਤੇ ਉਹ ਬਾਈ ਉਹਨਾਂ ਨੂੰ ਭੇਜ ਸਕਦੇ। WhatsApp ਤੇ ਨਾ ਭੇਜਿਆ ਜਾਊਗਾ। ਹਾਂਜੀ ਹਾਂਜੀ ਬਾਈ, ਉਹਦੇ ਵਿੱਚ ਬੰਦੇ ਫਿਰ ਸਿਲੈਕਟ ਹੋ ਜਾਣਗੇ। ਹਾਂਜੀ ਹਾਂਜੀ ਬਾਈ, ਉਹ ਬੰਦੇ ਸਿਲੈਕਟ ਹੋ ਜਾਣਗੇ ਸਾਰੇ। ਠੀਕ ਹੈ ਜੀ। ਆ ਬਾਈ ਨਾਮ ਆ ਇੱਕ ਵਾਰ ਤੁਸੀਂ ਦੇਖ ਲਓ, ਹਨਾ, ਬੋਲਟ ਮੋਟਰਸਾਈਕਲ ਆ ਇਹ, ਪੁੱਠੇ ਗੇਰਾਂ ਵਾਲਾ ਇਹ, ਠੀਕ ਹੈ ਜੀ। ਉਦਮੋਗਰੋ ਇਲੈਕਟ੍ਰਿਕ ਸਕੂਟਰੀ ਆ ਚਾਰਜਰ ਦੇ ਨਾਲ, ਠੀਕ ਹੈ ਜੀ। ਤੇ ਫਿਰ ਫ੍ਰਿਜ ਆ ਜੀ, ਫਿਰ ਐਲਈਡੀ। ਐਲਈਡੀ ਕੋਈ ਪਤਾ ਕਰਨ ਕਿਹੜੇ ਕਿੰਨੇ ਇੰਚ ਆ ਇਹ? ਇਹ 42 ਇੰਚੀ ਹੈ ਵੀਰੇ। 42 ਇੰਚੀ ਲਓ ਵੀ ਐਲਈਡੀ ਹੋਊਗੀ। ਹਾਂਜੀ, ਕੰਪਨੀ ਦਾ ਸਾਈਕਲ ਹੋਊਗਾ। ਇੱਕ 5 ਰੇਂਜਰ ਸਾਈਕਲ ਹੋਗੇ ਜੀ, ਠੀਕ ਹੈ ਜੀ। ਵੀਡੀਓ ਸ਼ੇਅਰ ਕਰਨ ਬਾਈ ਨੇ ਸਪੈਸ਼ਲ ਲਿਖਿਆ ਆ ਵੀ 에어ਪੋਰਟ ਦਿੱਤੇ ਜਾਣਗੇ। ਹਾਂਜੀ, ਆ ਸਾਈਕਲ ਸਾਈਕਲ ਵੀ ਗੇਰਾਂ ਵਾਲੇ ਕਿ ਦੂਜੇ ਇਹ? ਇਹ ਰੇਂਜਰ ਸਾਈਕਲ ਆ ਵੀਰੇ, ਉਹ ਵਾਲਾ ਗੇਰਾਂ ਵਾਲੀ ਗੇਰਾਂ। ਠੀਕ ਆ, ਬਾਕੀ ਰਿਸਪੌਂਸ ਤੇ ਵੀ ਗੱਲ ਡਿਪੈਂਡ ਕਰਦੀ ਹੈ ਨਾ ਯਾਰ ਬਾਈ। ਕਈ ਵਾਰੀ ਇਹ ਜ਼ਰੂਰ ਕਰਿਓ ਬਾਈ, ਦੂਜਾ ਡਰਾ ਕੱਟਣ ਲੱਗਿਆ। ਪਿਛਲਾ ਡਰਾ ਵੀ ਬਹੁਤ ਵਧੀਆ ਬਾਈ ਨੇ ਕੱਢਿਆ ਸੀਗਾ, ਪੂਰਾ ਇਮਾਨਦਾਰੀ ਦੇ ਨਾਲ ਕੱਢਿਆ ਸੀ। ਤੇ ਐਤਕੀ ਬਾਈ ਦਾ ਦੂਜਾ ਡਰਾ ਇਹ। ਬਾਈ ਦੀ ਸ਼ੌਪ ਹੈਗੀ ਆ ਇਹ ਨੰਗਲ ਪਿੰਡ, ਠੀਕ ਆ ਜੀ। ਨੰਗਲ ਪਿੰਡ ਮੋਗਾ ਜ਼ਿਲ੍ਹਾ ਜਿਹੜਾ ਪੈਂਦਾ ਹੁੰਦਾ, ਤੇ ਇਹ ਹੈਗਾ ਨਿਹਾਲੀ ਵਾਲੇ ਰੋਡ ਤੇ, ਹਨਾ ਬਾਈ? ਹਾਂਜੀ, ਨਿਹਾਲੀ ਵਾਲੇ ਵਾਲੇ ਸੜਕ ਜਾਂਦੀ ਆ ਉਹ ਰੋਡ ਦੇ ਉੱਤੇ ਹੈਗੀ ਆ ਬਾਈ ਦੀ ਸ਼ੌਪ। ਇਹ ਬਾਈ ਆਪਣਾ ਪੇਮੈਂਟ ਦਾ ਨੰਬਰ ਕਿਹੜਾ ਆਪਣਾ ਇਹ? ਆ ਵੀਰੇ ਆਪਣੇ ਦੋ ਨੰਬਰ ਆ ਪੇਮੈਂਟ ਦੇ, 99169677, ਠੀਕ ਆ ਜੀ, 9855520427, ਠੀਕ ਆ ਜੀ। ਦੋਨਾਂ ਦੇ ਗੂਗਲ ਪੇ ਚੱਲਦਾ ਜੀ, ਠੀਕ ਆ ਜੀ। ਦੋਨਾਂ ਨੰਬਰਾਂ ਤੇ WhatsApp ਚੱਲਦਾ, ਠੀਕ ਆ? ਠੀਕ ਆ ਜੀ। ਤੇ ਆ 9855520427 ਇਹਦੇ ਤੇ ਇਨਕੁਆਇਰੀ ਕਰ ਸਕਦੇ ਆ। ਠੀਕ ਆ ਜੀ, ਇਹ ਫੋਨ ਤੇ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਲਾ ਕੇ ਫੋਨ। ਆ ਇੱਕ ਵਾਰ ਦਿਖਾ ਦਿਓ। ਹਾਂਜੀ, ਆ ਨੰਬਰ ਆ ਜੀ, ਇਹ ਕਾਲ ਵਾਲਾ ਨੰਬਰ ਆ ਗਿਆ ਜੀ। ਤੇ ਆ ਨਾਲ ਜਿਹੜੇ ਨੰਬਰ ਦਿੱਤੇ ਵੀ ਗੂਗਲ ਪੇ ਨੰਬਰ ਆ ਜੀ, ਇਹ ਗੂਗਲ ਪੇ ਨੰਬਰ ਆ ਜੀ। ਤੇ ਬਾਕੀ ਆਪਾਂ ਇਹ ਨੰਬਰ ਵੀਡੀਓ ਦੇ ਵਿੱਚ ਲਾ ਦੇਾਂਗੇ ਆਪਾਂ। ਹਾਂਜੀ ਹਾਂਜੀ। ਤੇ ਬਾਕੀ ਹੋਰ ਇਹ ਪੋਸਟਰ ਦੀ ਬਈ ਕਿੰਨੀ ਟਿਕਟ, ਕਿੰਨੀ ਆਪਣੇ ਕੋਲ? ਇਹ ਮੇਰੇ 199 ਰੁਪਏ ਟਿਕਟ ਹੈ ਇਹਦੀ, ਠੀਕ ਹੈ ਜੀ। 5 ਕੂਪਨਾਂ ਦੇ ਨਾਲ 2 ਕੂਪਨ ਫ੍ਰੀ ਆ, ਠੀਕ ਹੈ ਜੀ। ਤੇ 10 ਦੇ ਨਾਲ 4 ਕੂਪਨ ਫ੍ਰੀ ਹੈ। ਠੀਕ ਹੈ, 199 ਰੁਪਏ ਟਿਕਟ ਆ ਬਾਈ ਦੀ, 5 ਨਾਲ 2 ਕੂਪਨ ਫ੍ਰੀ। 5 ਨਾਲ 2 ਆ ਜੀ, ਠੀਕ ਹੈ ਜੀ। ਤੇ 10 ਨਾਲ 4 ਕੂਪਨ। ਹਾਂਜੀ ਬਾਈ, ਆ ਸੋਚ ਸਮਝ ਕੇ ਬਾਈ ਨੇ ਪੂਰਾ ਰੇਟ ਰੱਖਿਆ 199 ਰੁਪਏ। ਇਹ ਮੇਰੇ ਇੱਕ ਹੋਰ ਵੀ ਆਪਾਂ ਗਾਂ ਤੀਸਰਾ ਡਰਾ ਕੱਢਣਾ ਜਿਹਦੇ ਜੀ, ਪਹਿਲਾ ਨਾਮ ਪ੍ਰੀਤ ਡਰਾਈਟਰ ਹੋਊਗਾ, ਠੀਕ ਹੈ ਜੀ, ਨਵਾਂ ਜੀ ਬਿਲਕੁਲ, ਠੀਕ ਆ। ਦੂਸਰਾ ਨਾਮ ਹੋ ਸਕਦਾ ਗੱਡੀ ਹੋਵੇ, ਠੀਕ ਹੈ ਜੀ, ਗੱਡੀ ਸੈਕਿੰਡ ਹੈਂਡ ਹੋਊਗੀ ਵੀ। ਨਾਮ ਜਿਹੜੇ ਆਪਾਂ ਕੱਢਾਂਗੇ ਸਾਰੇ ਪੂਰੇ ਵਧੀਆ ਨਾਮ ਕੱਢਾਂਗੇ ਟੌਪ ਦੇ। ਹਾਂ ਨਹੀਂ, ਠੀਕ ਹੈ। ਜਿਹੜਾ ਇਹ ਕੂਪਨ ਪਾਊਗਾ ਉਹਨੂੰ ਗਾਂ ਵਾਲਾ ਪ੍ਰੀਤ ਡਰਾਈਟਰ ਵਾਲਾ ਡਰਾ ਹੋਊ, ਜਿਹੜਾ ਉਹਦੇ ਵਿੱਚ 50 ਰੁਪਏ ਡਿਸਕਾਊਂਟ ਦਿੱਤਾ ਜਾਊਗਾ। ਠੀਕ ਹੈ, ਠੀਕ ਹੈ, ਲਾਓ ਜਾਣੇ 149 ਦਾ ਹੀ ਰਹਿ ਜਾਣਾ ਇਹ। ਠੀਕ ਹੈ, ਠੀਕ ਹੈ, ਠੀਕ ਹੈ। ਬਾਕੀ ਆ 200 ਰੁਪਏ ਬਈ, ਰਕਮ ਵੀ ਕੋਈ ਜ਼ਿਆਦਾ ਨਹੀਂ ਹੁੰਦੀ ਜੇ ਦੋ ਜਣੇ ਬਾਜ਼ਾਰ 'ਚ ਖੜੇ ਆ ਨਾ। ਹਾਂਜੀ ਬਈ, ਖੜੇ ਖੜੇ ਮਿੰਟ 50 ਜੀ ਖੋ ਖਾ। ਬਾਕੀ ਵੀਰੇ ਅੱਗੇ ਆਪਾਂ ਪਹਿਲਾ ਡਰਾ ਕੱਢਿਆ ਉਹ ਤੁਹਾਨੂੰ ਪਤਾ ਹੀ ਆ, ਠੀਕ ਆ, ਵੀ ਸਾਵਾਂ ਹੀ ਹੋਇਆ ਜਾਣੇ ਵੀ ਥੋੜਾ ਬਹੁਤਾ ਸਾਨੂੰ ਘਾਟਾ ਪਿਆ ਜਾਣੀ ਕਿ। ਹਾਂਜੀ ਹਾਂਜੀ, ਵੀ ਡਰਾ ਆਪਾਂ ਕੱਢਿਆ, ਠੀਕ ਆ, ਕਿਉਂਕਿ ਉਹਦੇ 'ਚ ਆਪਣਾ 1320 ਕੂਪਨ ਵਿਕੇ ਸੀਗੇ, ਠੀਕ ਆ ਜੀ। ਉਹਦੇ 'ਚ 130 ਕੂਪਨ ਫੇਕ ਸਕਰੀਨਸ਼ਾਟ ਸੀਗੇ, ਤਾਂ ਕੋ ਫ੍ਰੀ ਵਾਲੇ ਨਿਕਲ ਜਾਂਦੇ। ਉਹ ਵੀ ਸਾਨੂੰ ਐ ਨਾ ਲਾਸਟ ਵਾਲੇ ਦਿਨ ਕੂਪਨ ਪਏ ਆ, ਦੋ ਦਿਨ ਜਾਣੇ ਪਹਿਲਾਂ ਵੀਰਾਂ ਨੇ ਰਿਸਪੌਂਸ ਬਹੁਤ ਘੱਟ ਦਿੱਤਾ, ਜਾਣੀ ਕਿ ਵੀ ਕੂਪਨ ਨਹੀਂ ਪਏਗੇ। ਖੀਰਲੇ ਦੋ ਦਿਨ ਕੂਪਨ ਪਿਆ, ਫਿਰ ਉਹਦੇ 'ਚ ਕਈ ਵਾਰੀ ਸਕਰੀਨਸ਼ਾਟ ਉਹੀ ਇੱਕ ਦੂਜੇ ਤੋਂ ਲੈ ਲੈ, ਠੀਕ ਆ, ਗਾਂਧੀ ਕਾ ਸੰਡੇ ਕਰੀ ਜਾਂਦੇ। ਉਹ ਗਲਤ
ਸਪੋਰਟ ਨੀ ਕਰਦੇ। ਇਹ ਬਾਈ ਨੇ ਵੀ ਬਹੁਤ ਵਧੀਆ ਡਰਾ ਕੱਢਿਆ ਸੀ, ਤੁਸੀਂ ਐਤਕੀ ਬਾਈ ਦਾ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਬਾਈ ਅਗਲੀ ਵਾਰੀ ਨਾਮ ਇਦੂ ਵੀ ਜ਼ਿਆਦਾ ਵਧਾਊ, ਕਿਉਂਕਿ ਬਾਈ ਹੁਣ ਆਪਾਂ ਹਰੇਕ ਹੁਣ ਰੱਖਣ ਨੂੰ ਆਪਾਂ ਐਤਕੀ ਵੱਡੇ ਰੱਖਦੇ, ਉਹਦੇ ਵਿੱਚ ਆਏ ਹੋਏ ਦਾ ਪੇਮੈਂਟ ਦਾ ਵੀ ਰਿਸਕ ਹੋ ਜਾਂਦਾ ਐਤਕੀ ਬਾਈ ਨੂੰ। ਚੱਲ ਜਿੰਨਾ ਕੁ ਤੁਸੀਂ ਪਿਆਰ ਦੋਗੇ ਰਿਸਪੋਂਸ ਦੋਗੇ ਬਾਈ ਨੂੰ ਪਤਾ ਲੱਗ ਜੂ। ਇਦੂ ਅਗਲੇ ਇੰਟਰਾਜ ਬਾਈ ਉਸ ਹਿਸਾਬ ਦੇ ਬਾਈ ਸੀ ਗੱਲਾਂ ਕਰਦੇ ਸੀ, ਉਸ ਹਿਸਾਬ ਦੇ ਨਾਮ ਵੱਡੇ ਕਰ ਦੂਗਾ ਬਾਈ। ਹਾਂਜੀ ਹਾਂਜੀ, ਸੋ ਬਾਕੀ ਬਾਈ ਹੋਰ ਆਪਾਂ ਆਪਣਾ ਕਹਿੰਦੇ ਸਟੂਡੀਓ ਦਾ ਕੰਮ ਆ, ਠੀਕ ਆ। ਹਾਂਜੀ ਹਾਂਜੀ, ਜਿਹੜਾ ਵੀ ਬੰਦਾ ਸਾਨੂੰ ਵੱਧ ਤੋਂ ਵੱਧ ਪ੍ਰੋਗਰਾਮ ਦਿਓ, ਠੀਕ ਆ। ਹਾਂਜੀ, ਅਸੀਂ ਪਹਿਲਾਂ ਵੀ ਦੱਸ ਕੇ ਗਿਆ ਸੀਗਾ ਵੀ ਜਿਹੜੀ ਕਮਾਈ ਕਰਨੀ ਦੱਸ ਕੇ ਕਰਨੀ, ਕੋਈ 50-60 ਹਜ਼ਾਰ ਆਊਟ ਆਊਗਾ। ਜਿਹੜਾ ਸਾਨੂੰ ਵਿਆਹ ਦਾ ਪ੍ਰੋਗਰਾਮ ਬੁੱਕ ਕਰਦਾ ਉਹਨੂੰ 21 ਕੂਪਨ ਫ੍ਰੀ ਦੇਵਾਂਗੇ, ਠੀਕ ਆ। ਲਓ ਬਾਈ, ਮੈਂ ਅੱਜ ਦਾ ਫੰਕਸ਼ਨ ਦਿੰਦਾ ਜਿਹੜਾ ਸਾਨੂੰ। ਲਓ ਬਾਈ, ਵਿਆਹਾਂ ਦਾ ਸੀਜ਼ਨ ਆ ਗਿਆ, ਸਿਆਲ ਹੈਗਾ, ਜਿਹੜਾ ਵਿਆਹ ਬੁੱਕ ਕਰੂਗਾ 21 ਕੂਪਨ ਫੈਮਿਲੀ ਨੂੰ ਦਿੱਤੇ ਜਾਣਗੇ, ਫੈਮਿਲੀ ਨੂੰ ਆਪਣੇ ਵੀਰ ਵੱਧ ਤੋਂ ਵੱਧ ਸਪੋਰਟ ਕਰੋ। ਲਓ ਬਈ, ਡਰੈਸ ਵੀ ਬਾਈ ਨੇ ਦੱਸਤਾ ਜਿੱਦਣ ਡਰਾ ਕੱਢਣਾ, ਵਧੀਆ ਕਲੈਕਸ਼ਨ ਹੋ ਗਈ ਜਦੋਂ ਆਪਾਂ ਨੂੰ ਨਾਲ ਹੀ ਆਪਾਂ ਤੀਸਰਾ ਡਰਾ ਜਿਹੜਾ ਉਹ ਲਾਊਡ ਕਰ ਦੇਣਾ, ਠੀਕ ਉਹ ਤਾਂ ਨੀ ਕਰਦੇ ਹੈਗੇ। ਮੇਰੇ ਬਾਈ ਵੱਧ ਤੋਂ ਵੱਧ ਸਪੋਰਟ ਕਰੋ, ਇਹ ਨਾ ਸੋਚਿਆ ਕਰੋ ਕਿ ਵੀ ਕਿਤੇ ਪਿੰਡ ਚ ਬੈਠੇ ਆ, ਠੀਕ ਆ, ਪੱਕਾ ਟਿਕਾਣਾ ਬਾਈ ਪਿੰਡ ਦੀ ਦੁਕਾਨ ਆ, ਜੈਨੂਨ ਬੰਦੇ ਨੂੰ ਬਈ ਕਰਨੀ ਵੀ ਬਣਦੀ ਆ ਸਪੋਰਟ ਆਪਣੀ, ਠੀਕ ਹੈ ਜੀ, ਸਾਰਿਆਂ ਦੇ ਸਾਹਮਣੇ ਕੰਮ ਆਊਗਾ ਜਿਹੜਾ ਹੋਊਗਾ, ਠੀਕ ਆ। ਠੀਕ ਹੈ ਜੀ, ਇੱਕ ਵਾਰ ਬਈ ਫਿਰ ਦਿਖਾ ਦਿਓ ਆਹ ਪੋਸਟਰ, ਬਾਕੀ ਆਪਾਂ ਵਿੱਚ ਵੀ ਲਾ ਦੇਵਾਂਗੇ। ਆਹ ਕੁੱਲ ਨਾਮ ਸੀ ਬਾਈ ਦੇ, ਜਮਾਂ ਜੈਨੂਨ ਕੰਮ ਆ, ਪਿੰਡ ਦੇ ਵਿੱਚ ਬਾਈ ਦੀ ਦੁਕਾਨ ਆ, ਵੱਧ ਤੋਂ ਵੱਧ ਸਪੋਰਟ ਕਰੋ, ਵੀਡੀਓ ਆਪਣੀ ਸ਼ੇਅਰ ਕਰ ਦਿਓ ਤੇ ਠੀਕ ਹੈ ਜੀ, ਮਿਲਦੇ ਆ, ਧੰਨਵਾਦ ਆਪਾਂ ਨੂੰ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ। ਚੈਨਲ ਆਪਣਾ ਜਿਹਨੇ ਨਹੀਂ ਕੀਤਾ ਉਹ ਕਰ ਦਿਓ ਸਬਸਕ੍ਰਾਈਬ ਤੇ ਨਾਲ ਬੈਲ ਆਈਕਨ ਦਾ ਬਟਨ ਦੱਬ ਦਿਓ, ਠੀਕ ਹੈ ਜੀ।